ਤੇ ਹਰ ਇੱਕ 1 ਜਾਂ 2 ਕਿਲੋਮੀਟਰ ਦੇ ਬਾਹਰ ਕਿਸੇ ਵੀ ਪਿੰਡ ਚਲੇ ਜਾਓ ਇੱਕ ਬੋਰਡ ਸਾਫ਼-ਸਾਫ਼ ਕਰਕੇ ਵੱਡਾ-ਵੱਡਾ ਕਰਕੇ ਦੇਖਣ ਨੂੰ ਮਿਲਦਾ ਹੈ ਠੇਕਾ ਸ਼ਰਾਬ ਦੇਸੀ ਤੇ ਅੰਗਰੇਜ਼ੀ ਤਾਂ ਉਹਨਾਂ ਨੇ ਮੈਨੂੰ ਵੀ ਏਸੀ ਵਾਸਤੇ ਪ੍ਰੋਵੋਕ ਕਰਨਾ ਕਿ ਆ ਜਾ ਤੂੰ ਜੇ ਏਸੀਜ਼ ਦਾ ਟੇਸਟ ਨਹੀਂ ਦੇਖਿਆ ਏਸੀਜ਼ ਦਾ ਨਸ਼ਾ ਨਾ ਕਰਕੇ ਦੇਖਿਆ ਤਾਂ ਤਾਂ ਫਿਰ ਅੱਜ ਤੱਕ ਦੇਖਿਆਏਗੀ ਕਿ ਅਗਰ ਨਸ਼ਾ ਕਰਨਾ ਹੀ ਹੈ ਤਾਂ ਕੋਈ ਇਹੋ ਜਿਹਾ ਨਸ਼ਾ ਕਰੋ ਜਿਹੜਾ ਕਦੇ ਉਤਰੇ ਹੀ ਨਾ ਕਿ ਸਰ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਆਪਣੀ ਲਾਈਫ ਦੇ ਵਿੱਚ ਕਰਾਂ ਕਿ ਉਸ ਬੱਚੇ ਦਾ ਮੈਂ ਰਿਕਾਰਡ ਦੇਖ ਕੇ 10 ਸਾਲ ਦੀ ਉਹਦੀ ਪੜ੍ਹਾਈ ਦੇਖ ਕੇ ਮੈਨੂੰ ਸਮਝ ਆਇਆ ਕਿ ਤਾਬਾਂ ਤੋਂ ਉੱਪਰ ਮੇਰੇ ਖਿਆਲ ਦੇ ਅਨੁਸਾਰ ਇਨਸਾਨ ਦਾ ਕੋਈ ਸੱਚਾ ਦੋਸਤ ਨਹੀਂ ਹੋ ਸਕਦਾ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼ਕਾਲ ਮੇਰਾ ਨਾਮ ਹੈ ਦਰਸ਼ਨਦੀਪ ਸਿੰਘ ਗਿੱਲ ਮੈਂ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਜਰਗੜੀ ਨੂੰ ਬਿਲੋਂਗ ਕਰਦਾ ਤੇ ਬਾਇ ਪ੍ਰੋਫੈਸ਼ਨ ਮੈਂ ਇੱਕ ਗਵਰਨਮੈਂਟ ਟੀਚਰ ਹਾਂ ਸੀਨੀਅਰ ਸਕੂਲ ਸਕੂਲ ਉਕਸੀ ਵਿਖੇ ਇੰਗਲਿਸ਼ ਪੜ੍ਹਾ ਰਿਹਾ ਮੇਰੀ ਜ਼ਿੰਦਗੀ ਦਾ ਸਫ਼ਰ ਹੈ ਜਿਹੜਾ ਉਹ ਕਿਤਾਬਾਂ ਦੇ ਨਾਲ ਜੁੜਿਆ ਹੋਇਆ ਨਿਕਲੇਆ ਤੇ ਕਿਤਾਬਾਂ ਦੇ ਨਾਲ ਮੇਰਾ ਜਿਹੜਾ ਪਿਆਰ ਹੈ ਉਹ ਸਕੂਲ ਦੇ ਸਮੇਂ ਤੋਂ ਹੀ ਪੈ ਗਿਆ ਸੀ ਜਦੋਂ ਮੈਂ ਸਕੂਲ ਦੇ ਵਿੱਚ ਪੜਦਾ ਸੀ ਤਾਂ ਸਿਲੇਬਸ ਵਾਲੀਆਂ ਜਿਹੜੀਆਂ ਕਿਤਾਬਾਂ ਹੁੰਦੀਆਂ ਸੀ ਉਹਨਾਂ ਦੇ ਵਿੱਚੋਂ ਪੰਜਾਬੀ ਹਿੰਦੀ ਤੇ ਇੰਗਲਿਸ਼ ਇਹ ਉਹ ਤਿੰਨ ਕਿਤਾਬਾਂ ਹੁੰਦੀਆਂ ਸੀ ਕਿ ਅਪ੍ਰੈਲ ਦੇ ਪਹਿਲੇ ਤਿੰਨ ਪਹਿਲੇ 1-2 ਹਫ਼ਤਿਆਂ ਦੇ ਵਿੱਚ ਹੀ ਮੈਂ ਕਿਤਾਬਾਂ ਦੇ ਵਿੱਚੋਂ ਸਾਰੀਆਂ ਕਹਾਣੀਆਂ ਲੇਖ ਜੋ ਕੁਝ ਵੀ ਪੜਨ ਵਾਲਾ ਹੁੰਦਾ ਸੀਗਾ ਖਤਮ ਕਰ ਲੈਂਦਾ ਸੀ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮੇਰਾ ਇਹ ਜੋ ਪਿਆਰ ਹੈ ਕਿਤਾਬਾਂ ਦੇ ਨਾਲ ਇਹ ਇੰਨਾ ਜ਼ਿਆਦਾ ਕਿਉਂ ਹੈ ਫਿਰ ਮੇਰੀ ਮੁਲਾਕਾਤ ਹੋਈ ਸਾਡੇ ਸਕੂਲ ਦੇ ਲਾਇਬ੍ਰੇਰੀਅਨ ਸ਼੍ਰੀਮਤੀ ਚਰਨਜੀਤ ਕੌਰ मैम ਨਾਲ ਉਹਨਾਂ ਨੇ ਮੈਨੂੰ ਸਿਲੇਬਸ ਤੋਂ ਬਿਨਾਂ ਦੱਸਿਆ ਕਿ ਇੱਕ ਸਾਹਿਤ ਦੀਆਂ ਵੀ ਕਿਤਾਬਾਂ ਹੁੰਦੀਆਂ ਨੇ ਜਿਨ੍ਹਾਂ ਨਾਲ ਆਪਾਂ ਜੁੜ ਸਕਦੇ ਆਂ ਤੇ ਪੜ ਸਕਦੇ ਆਂ ਤੇ ਫਿਰ ਮੈਂ ਲਾਇਬ੍ਰੇਰੀ ਦੀਆਂ ਕਿਤਾਬਾਂ ਇੱਕ ਇੱਕ ਕਰਕੇ ਪੜਨ ਲੱਗਿਆ ਇੱਕ ਵਾਰ ਦੀ ਗੱਲ ਹੈ ਕਿ ਐਤਵਾਰ ਦਾ ਦਿਨ ਸੀ ਮੇਰੇ ਮੰਮੀ ਨੇ ਇੱਕ ਦਿਨ ਮੈਨੂੰ ਦੇਖਿਆ ਕਿ ਮੈਂ ਬਹੁਤ ਲੰਬਾ ਸਮਾਂ ਟੇਕੇ ਬੈਠਾ ਪੜ ਰਿਹਾ। ਉਹਨਾਂ ਨੂੰ ਹੈਰਾਨੀ ਹੋਈ ਕਿ ਇੰਨਾ ਸਮਾਂ ਬੈਠ ਕੇ ਤਾਂ ਬੱਚਾ ਘੱਟੇ ਪੜਦਾ ਹੁੰਦਾ ਹੈ ਤੇ ਉਹਨਾਂ ਨੇ ਜਦੋਂ ਕੋਲ ਆ ਕੇ ਦੇਖਿਆ ਤਾਂ ਮੈਂ ਆਪਣੀ ਮੈਥ ਦੀ ਕਿਤਾਬ ਦੇ ਵਿੱਚ ਇੱਕ ਇੰਗਲਿਸ਼ ਦਾ ਨੋਵਲ ਬੈਠਾ ਪੜ ਰਿਹਾ ਸੀ। ਇਸ ਦੇ ਉੱਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਘੂਰਿਆ ਤੇ ਦੱਸਿਆ ਕਿ ਅਜੇ ਤੇਰੀ ਉਮਰ ਇਹ ਕਿਤਾਬਾਂ ਪੜਨ ਦੀ ਨਹੀਂ ਹੋਈ। ਤੈਨੂੰ ਹਜੇ ਸਿਰ ਤੇ ਸਿਰਫ ਸਿਲੇਬਸ ਦੀਆਂ ਜਿਹੜੀਆਂ ਕਿਤਾਬਾਂ ਨੇ ਉਹੋ ਪੜਨੀਆਂ ਚਾਹੀਦੀਆਂ ਨੇ ਤੇ ਆਪਣੀ ਲਾਈਫ ਨੂੰ ਪਹਿਲਾਂ ਸੈਟਲ ਕਰਕੇ ਫੇਰੇ ਇਸ ਆਪਣਾ ਜਿਹੜਾ ਸ਼ੌਕ ਹੈ ਇਹ ਅਪਣਾਉਣਾ ਚਾਹੀਦਾ ਹੈ। ਉਹਨਾਂ ਦੀ ਮੈਂ ਇਹ ਗੱਲ ਮੰਨ ਕੇ ਪੜਾਈ ਵੱਲ ਪੂਰਾ ਜ਼ਿਆਦਾ ਧਿਆਨ ਦਿੱਤਾ, ਪੜਾਈ ਵਾਲੇ ਪਾਸੇ ਆਪਣਾ ਮਿਹਨਤ ਕਰਦਾ ਰਿਹਾ। ਪਲੱਸ 2 ਕਰਕੇ IIT ਕੀਤੀ ਤੇ ਗਵਰਨਮੈਂਟ ਜੌਬ ਦੇ ਵਿੱਚ ਆ ਗਿਆ। ਜਦੋਂ ਮੈਂ 21-22 ਸਾਲਾਂ ਦਾ ਸੀ ਤਾਂ ਮੈਂ ਆਲੇ-ਦੋਲੇ ਦੇਖਦਾ ਸੀ ਆਪਣੇ ਪਿੰਡ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਨੂੰ, ਨੌਜਵਾਨਾਂ ਨੂੰ ਉਹਨਾਂ ਦੇ ਵਿੱਚ ਇੱਕ ਅਲੱਗ ਹੀ ਤਰ੍ਹਾਂ ਦਾ ਇੱਕ क्रेਜ਼ ਸੀ। ਇਕੱਠੇ ਹੋਣਾ, ਮੋਟਰਸਾਈਕਲਾਂ ਦਾ ਇੱਕ ਗਰੁੱਪ ਬਣਾ ਲੈਣਾ ਤੇ ਘੁੰਮਣ ਨਿਕਲ ਜਾਣਾ। ਤੇ ਕਈ ਵਾਰ ਤਾਂ ਇਹ ਵੀ ਦੇਖਣਾ ਕਿ ਮੇਰੇ ਕੁਝ ਖਾਸ ਦੋਸਤ ਇਕੱਠੇ ਬੈਠੇ ਨੇ ਤੇ ਉਹ ਕੋਈ ਨਾ ਕੋਈ ਨਸ਼ਾ ਕਰ ਰਹੇ ਨੇ ਮੰਨ ਲਓ ਜਿਵੇਂ ਸ਼ਰਾਬੇ ਪੀ ਰਹੇ ਨੇ ਤਾਂ ਉਹਨਾਂ ਨੇ ਮੈਨੂੰ ਵੀ ਇਸੇ ਵਾਸਤੇ ਪ੍ਰੋਵੋਕ ਕਰਨਾ ਜਿਵੇਂ ਇੱਕ ਕਹਿੰਦੇ ਹੁੰਦੇ ਨੇ ਨਾ ਪੀਅਰ ਪ੍ਰੈਸ਼ਰ ਦਾ ਮੇਰੇ ਉੱਤੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਦਬਾਅ ਪਾਉਣਾ ਕਿ ਆ ਜਾ ਤੂੰ ਜੇ ਏ ਸੀਜ਼ ਦਾ ਟੇਸ ਨਹੀਂ ਦੇਖਿਆ ਏ ਸੀਜ਼ ਦਾ ਨਸ਼ਾ ਨਾ ਕਰਕੇ ਦੇਖਿਆ ਤਾਂ ਤਾਂ ਫਿਰ ਅੱਜ ਤੱਕ ਦੇਖਿਆ ਹੀ ਨਹੀਂ ਪਰ ਪਤਾ ਨਹੀਂ ਕੀ ਮੈਨੂੰ ਇਹ ਲੱਗਦਾ ਸੀ ਕਿ ਜਿਹੜਾ ਕੁਝ ਇਹਨਾਂ ਨੂੰ ਇਹ ਨਸ਼ਾ ਕਰਕੇ ਮਿਲ ਰਿਹਾ ਹੈ ਸ਼ਰਾਬੀ ਕੇ ਮਿਲ ਰਿਹਾ ਹੈ ਮੈਨੂੰ ਇਹ ਚੀਜ਼ਾਂ ਸਾਰੀਆਂ ਮੈਨੂੰ ਇਹ ਲੱਗਦਾ ਸੀਗਾ ਵੀ ਇਹ ਆਨੰਦ ਜਾਂ ਇਹ ਸਰੂਰ ਮੈਨੂੰ ਕਿਤਾਬਾਂ ਤੋਂ ਮਿਲਦਾ ਹੈ ਤੇ ਮੈਂ ਇਸ ਪ੍ਰੇਅਰ ਪ੍ਰੈਸ਼ਰ ਨੂੰ ਹਮੇਸ਼ਾ ਚੱਲਦੇ ਚੱਲਦੇ ਆਪਣੇ ਆਪ ਨੂੰ ਕਿਤਾਬਾਂ ਨਾਲੋਂ ਟੁੱਟਣ ਨਹੀਂ ਦਿੱਤਾ ਤੇ ਸ਼ਾਇਦ ਇਸੇ ਕਰਕੇ ਮੈਂ ਇਸ ਰਸਤੇ ਤੇ ਜਾਣ ਤੋਂ ਗਲਤ ਰਸਤੇ ਤੇ ਜਾਣ ਤੋਂ ਵੀ ਮੈਨੂੰ ਕਿਤਾਬਾਂ ਨੇ ਹੀ ਬਚਾਇਆ ਥੋੜਾ ਜਿਆ ਹੋਰ ਵੱਡਾ ਹੋਇਆ ਤਾਂ ਦੇਖਿਆ ਕਿ ਨਵੇਂ ਬੱਚੇ ਅੱਜ ਕੱਲ ਦੀ ਪੀੜ੍ਹੀ ਦੇ ਬੱਚੇ ਜਿਹੜੇ ਆਪਣਾ ਸੋਸ਼ਲ ਮੀਡੀਆ ਦੇ ਵਿੱਚ ਆਪਣੇ ਆਪ ਨੂੰ ਆਪਣਾ ਟਾਈਮ ਵੇਸਟ ਕਰਦੇ ਰਹਿੰਦੇ ਨੇ ਉਹ ਆਪਣਾ ਜ਼ਿਆਦਾ ਟਾਈਮ ਮੋਬਾਈਲ ਦੇ ਉੱਤੇ ਲਗਾਉਂਦੇ ਰਹਿੰਦੇ ਨੇ ਉਹ ਵੀ ਇੱਕ ਤਰ੍ਹਾਂ ਦਾ ਅੱਜ ਦੇ ਜ਼ਮਾਨੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਨਸ਼ਾ ਹੀ ਬਣ ਚੁੱਕਿਆ ਤਾਂ ਉਹਨਾਂ ਨੂੰ ਵੀ ਇੱਕ ਚੰਗੇ ਟਰੈਕ ਦੇ ਉੱਤੇ ਲੈ ਕੇ ਆਉਣ ਵਾਸਤੇ ਮਨ ਦੇ ਵਿੱਚ ਇੱਕ ਵਿਚਾਰ ਆਣਾ ਸ਼ੁਰੂ ਹੋਇਆ ਕਿ ਕਿਉਂ ਨਾ ਕੋਈ ਇੱਕ ਅਜਿਹਾ ਪਲੈਟਫਾਰਮ ਤਿਆਰ ਕੀਤਾ ਜਾਵੇ ਜਿੱਥੇ ਬੱਚੇ ਆਉਣ ਨੌਜਵਾਨ ਆਉਣ ਤੇ ਉਹਨਾਂ ਨੂੰ ਏ ਸੀਜ਼ ਦਾ ਕੋਈ ਬਦਲ ਮਿਲ ਸਕੇ ਕਿ ਉਹ ਵੀ ਕਿਤਾਬਾਂ ਦੇ ਨਾਲ ਜੁੜ ਸਕਣ ਤਾਂ ਮੈਂ ਆਪਣੀ ਤਨਖਾਹ ਦੇ ਵਿੱਚੋਂ ਵੀ 10% ਜੋ ਪੈਸੇ ਹੁੰਦੇ ਸੀਗੇ ਉਹ ਮੈਂ ਬਚਾ ਕੇ ਰੱਖ ਲੈਂਦਾ ਤੇ ਉਸ ਦਿਨ ਕਿਤਾਬਾਂ ਖਰੀਦ ਲੈਂਦਾ ਤੇ ਇਸ ਤਰ੍ਹਾਂ ਕਰਦੇ ਕਰਦੇ ਕੀ ਹੋਇਆ 10-12 ਸਾਲਾਂ ਦੇ ਵਿੱਚ ਮੇਰੇ ਕੋਲੇ 3 ਕੁ ਹਜ਼ਾਰ ਕਿਤਾਬਾਂ ਮੇਰੇ ਆਪਣੇ ਘਰੇ ਇਕੱਠੀਆਂ ਹੋ ਗਈਆਂ ਤੇ ਜਦੋਂ ਇੰਨੀਆਂ ਕਿਤਾਬਾਂ ਇਕੱਠੀਆਂ ਹੋਈਆਂ ਤਾਂ ਇੱਕ ਦਿਨ ਮੇਰੀ ਪਤਨੀ ਨੇ ਬੈਠੇ ਬੈਠੇ ਮੈਨੂੰ ਸਲਾਹ ਦਿੱਤੀ ਕਿ ਦਰਸ਼ਨਦੀਪ ਇਹ ਕਿਤਾਬਾਂ ਤੁਸੀਂ ਆਪਣੇ ਆਪ ਵਾਸਤੇ ਅੱਜ ਤੱਕ ਪੜੀਆਂ ਨੇ ਤੁਸੀਂ ਖੁਦ ਪੜੀਆਂ ਨੇ ਇਹ ਕਿਤਾਬਾਂ ਨੇ ਤੁਹਾਡੀ ਜ਼ਿੰਦਗੀ ਬਦਲੀ ਹੈ ਕਿਉਂ ਨਾ ਆਪਾਂ ਕੁਝ ਇਹਹਾ ਕਰੀਏ ਕਿ ਹੁਣ ਇਹ ਕਿਤਾਬਾਂ ਤੁਸੀਂ ਨੌਜਵਾਨਾਂ ਦੇ ਵਿੱਚ ਲੋਕਾਂ ਦੇ ਵਿੱਚ ਲੈ ਕੇ ਜਾਮੋ ਤੇ ਤਾਂ ਕਿ ਇਹ ਉਹਨਾਂ ਦੀ ਵੀ ਜ਼ਿੰਦਗੀ ਬਦਲ ਸਕਣ ਤੇ ਫਿਰ ਇਸ ਗੱਲ ਦੇ ਨਾਲ ਮੇਰਾ ਸੁਪਨਾ ਸ਼ੁਰੂ ਹੋਇਆ ਅੱਜ ਤੋਂ 3 ਸਾਲ ਪਹਿਲਾਂ ਜਦੋਂ ਮੈਂ ਮੇਰੇ ਘਰ ਦੇ ਕੋਲ ਮੇਰੇ ਆਪਣੇ ਖੇਤ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਮੈਂ ਇੱਕ ਵੱਖਰੀ ਤਰ੍ਹਾਂ ਦੀ ਲਾਇਬ੍ਰੇਰੀ ਬਣਾਉਣ ਦਾ ਸੁਪਨਾ ਦੇਖਿਆ ਪੰਜਾਬ ਦੇ ਵਿੱਚ ਦੂਰ ਦੂਰ ਕਿਤੇ ਆਪਾਂ ਦੇਖ ਰਹੇ ਸੀ ਕਿ ਨੌਜਵਾਨ ਨਸ਼ਿਆਂ ਦੇ ਦਰਿਆ ਦੇ ਵਿੱਚ ਵਹਿ ਰਹੇ ਨੇ ਤੇ ਹਰ ਇੱਕ ਇੱਕ ਜਾਂ 2 ਕਿਲੋਮੀਟਰ ਦੇ ਬਾਹਰ ਕਿਸੇ ਵੀ ਪਿੰਡ ਚਲੇ ਜਾਓ ਕਿਸੇ ਵੀ ਸ਼ਹਿਰ ਚਲੇ ਜਾਓ ਹਰ ਇੱਕ ਜਗ੍ਹਾ ਦੇ ਉੱਤੇ ਇੱਕ ਬੋਰਡ ਸਾਫ਼-ਸਾਫ਼ ਕਰਕੇ ਵੱਡਾ-ਵੱਡਾ ਕਰਕੇ ਦੇਖਣ ਨੂੰ ਮਿਲਦਾ ਹੈ ਠੇਕਾ ਸ਼ਰਾਬ ਦੇਸੀ ਤੇ ਅੰਗਰੇਜ਼ੀ ਠੰਡੇ ਬੀਅਰ ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਚੀਜ਼ ਚੱਲ ਰਹੀ ਸੀ ਕਿ ਕਿਉਂ ਨਾ ਮੈਂ ਵੀ ਆਪਣੀ ਲਾਇਬ੍ਰੇਰੀ ਦਾ ਨਾਮ ਕੋਈ ਇਹੋ ਜਿਹਾ ਨਾਮ ਰੱਖਾਂ ਜਿਹਦੇ ਕਰਕੇ ਲੋਕਾਂ ਦਾ ਧਿਆਨ ਉਸ ਲਾਇਬ੍ਰੇਰੀ ਵੱਲੋਂ ਖਿੱਚਿਆ ਜਾਵੇ ਤੇ ਲੋਕਾਂ ਦੇ ਮਨ ਦੇ ਵਿੱਚ ਉੱਥੇ ਆਉਣ ਦੀ ਆਉਣ ਦਾ ਉਤਸ਼ਾਹ ਜਾਇ ਪੈਦਾ ਹੋਵੇ ਤਾਂ ਫਿਰ ਇੱਥੇ ਮੈਂ ਆਪਣੀ ਲਾਇਬ੍ਰੇਰੀ ਦਾ ਨਾਮ ਰੱਖਿਆ ਠੇਕਾ ਕਿਤਾਬ ਦੇਸੀ ਤੇ ਅੰਗਰੇਜ਼ੀ ਠੰਡੇ 에ਅਰ ਜਾਨੀ ਕਿ ਕੁਦਰਤ ਦੇ ਵਿੱਚ ਕੁਦਰਤ ਦੀ ਗੋਦ ਦੇ ਵਿੱਚ ਮੇਰੀ ਦੇਸੀ ਤੇ ਅੰਗਰੇਜ਼ੀ ਪੰਜਾਬੀ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਦੀ ਲਾਇਬ੍ਰੇਰੀ ਹੁਣ ਜਦੋਂ ਲਾਇਬ੍ਰੇਰੀ ਦਾ ਨਾਮ ਰੱਖ ਲਿਆ ਸੀ ਠੇਕਾ ਕਿਤਾਬ ਦੇਸੀ ਤੇ ਅੰਗਰੇਜ਼ੀ ਤਾਂ ਮੈਂ ਇਸ ਇਹਦੀ ਨਾ ਲੁੱਕ ਵੀ ਉਸੇ ਤਰ੍ਹਾਂ ਦਿੱਤੀ ਸੀ ਕਿ ਇੱਕ ਠੇਕੇ ਵਰਗੀ ਜਗ੍ਹਾ ਲੱਗੇ ਉਸੇ ਤਰ੍ਹਾਂ ਇੱਕ ਖਿੜਕੀ ਜੀ ਹੋਵੇ ਤੇ ਬਿਲਕੁਲ ਬਾਹਰੋਂ ਇਹ ਠੇਕਾ ਹੀ ਲੱਗੇ ਤਾ ਇਹਦਾ ਅਸਰ ਕੁਦਰਤੀ ਤੌਰ ਤੇ ਉਸ ਤਰ੍ਹਾਂ ਹੀ ਹੋਣਾ ਸੀ ਜਿਸ ਤਰ੍ਹਾਂ ਮੈਂ ਸੋਚਿਆ ਸੀ ਇੱਕ ਵਾਰ ਚਾਰ ਨੌਜਵਾਨ ਇੱਕ ਗੱਡੀ ਦੇ ਵਿੱਚ ਆਏ ਬਹੁਤ ਚੰਗੀ ਤਰ੍ਹਾਂ ਉਹਨਾਂ ਨੇ ਗੱਡੀ ਰੋਕੀ ਤੇ ਬੜੀ ਹਿੰਮਤ ਨਾਲ ਬਾਹਰ ਨਿਕਲ ਕੇ ਆ ਕੇ ਮੈਨੂੰ ਕਿਹਾ ਉਹਨਾਂ ਨੇ ਕਿ ਬਾਈ ਜੀ ਚਾਰ ਬੀਰਾਂ ਦਿਓ ਕਰਾਂ ਤੇ ਮੈਂ ਉਹਨਾਂ ਨੂੰ ਅੰਦਰ ਲੈ ਆਇਆ ਕਿ ਆਜੋ ਤੁਹਾਨੂੰ ਅੱਜ ਇੱਕ ਨਵੀਂ ਤਰ੍ਹਾਂ ਦੀ ਬੀਅਰ ਦਾ ਟੇਸਟ ਕਰਾਉਣਾ ਤੇ ਉਹਨਾਂ ਨੇ ਜਦੋਂ ਅੰਦਰੋਂ ਲਾਇਬ੍ਰੇਰੀ ਆ ਕੇ ਦੇਖੀ ਤੇ ਉਹਨਾਂ ਨੇ ਕਿਤਾਬਾਂ ਪਈਆਂ ਦੇਖੀਆਂ ਤਾਂ ਉਹ ਹੈਰਾਨ ਹੋ ਗਏ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨਾਲ ਮੈਂ ਤਕਰੀਬਨ ਵੀਕ ਮਿੰਟ ਬੈਠ ਕੇ ਗੱਲਾਂ ਕੀਤੀਆਂ ਤੇ ਉਹਨਾਂ ਨੂੰ ਦੱਸਿਆ ਕਿ ਅਗਰ ਨਸ਼ਾ ਕਰਨਾ ਹੀ ਹੈ ਤਾਂ ਕੋਈ ਇਹੋ ਜਿਹਾ ਨਸ਼ਾ ਕਰੋ ਜਿਹੜਾ ਕਦੇ ਉਤਰੇ ਹੀ ਨਾ ਕਿਤਾਬਾਂ ਨਾਲ ਜੁੜੋ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੋ ਤੇ ਉਹ ਚਾਰ ਜਣਿਆਂ ਦੇ ਵਿੱਚੋਂ ਅੱਜ ਦੋ ਕਿ ਜਣੇ ਉਸ ਆਦਤਾਂ ਨੂੰ ਆਪਣੀ ਨਸ਼ੇ ਦੀ ਜੋ ਆਦਤ ਹੈ ਉਹਨੂੰ ਛੱਡ ਚੁੱਕੇ ਨੇ ਤੇ ਤਕਰੀਬਨ ਹਰ ਇੱਕ ਮਹੀਨੇ ਮੇ ਤੋਂ ਇੱਕ ਜਾਂ ਦੋ ਕਿਤਾਬਾਂ ਉਹ ਲੈ ਕੇ ਜਾ ਰਹੇ ਨੇ ਇਸ ਸੀਜ਼ਨ ਨੇ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਤੇ ਪਿਛਲੇ 18 ਸਾਲਾਂ ਦੇ ਹੁਣ ਮੇਰੇ ਕੈਰੀਅਰ ਦੇ ਵਿੱਚ ਮੈਂ ਤਕਰੀਬਨ 33 ਬੱਚੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਤੱਕ ਪਹੁੰਚਾ ਚੁੱਕੇ ਆਂ 20 ਸਾਲ ਹੋ ਗਏ ਮੈਨੂੰ ਅਧਿਆਪਨ ਦਾ ਕੀਤਾ ਕਰਦੇ ਹੋਏ ਇਹਨੂੰ ਬਹੁਤ ਹੀ ਜ਼ਿਆਦਾ ਤਜਰਬੇ ਹੋਏ ਨੇ ਇਸ ਪ੍ਰੋਫੈਸ਼ਨ ਦੇ ਵਿੱਚ ਉਹਨਾਂ ਵਿੱਚੋਂ ਇੱਕ ਬੜਾ ਯਾਦਗਾਰ ਤਜਰਬਾ ਹੋਇਆ ਸੀ ਅੱਜ ਤੋਂ 15 ਸਾਲ ਪਹਿਲਾਂ ਜਦੋਂ ਮੇਰੇ ਪਿੰਡ ਤੋਂ ਇੱਕ ਲੜਕੇ ਨੇ ਆ ਕੇ ਕਿਹਾ ਸੀ ਕਿ ਸਰ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਆਪਣੀ ਲਾਈਫ ਦੇ ਵਿੱਚ ਕਰਾਂ ਕੀ ਉਸ ਬੱਚੇ ਦਾ ਮੈਂ ਰਿਕਾਰਡ ਦੇਖ ਕੇ 10 ਸਾਲ ਦੀ ਉਹਦੀ ਪੜ੍ਹਾਈ ਦੇਖ ਕੇ ਮੈਨੂੰ ਸਮਝ ਆਇਆ ਕਿ ਇਹ ਬੱਚਾ ਸਾਇੰਸ ਦੇ ਵਿਸ਼ੇ ਵਿੱਚੋਂ ਬਹੁਤ ਜ਼ਿਆਦਾ ਚੰਗਾ ਹੈ ਤੇ ਮੈਂ ਉਸ ਬੱਚੇ ਨੂੰ ਇੱਕ ਕਿਤਾਬ ਦਿੱਤੀ ਤੇ ਉਹਨੂੰ ਗਾਈਡ ਕੀਤਾ ਕਿ ਤੂੰ ਵੈਟਰਨਰੀ ਫਾਰਮਾਸਿਸਟ ਦੇ ਟੈਸਟ ਦੀ ਤਿਆਰੀ ਕਰ ਉਹ ਬੱਚਾ ਸਿਲੈਕਟ ਹੋਇਆ ਵੈਟਰਨਰੀ ਇਨਸਪੈਕਟਰ ਲੱਗਿਆ ਗਵਰਨਮੈਂਟ ਜੌਬ ਤੱਕ ਪਹੁੰਚਿਆ ਇਹ ਪਾਵਰ ਹੈ ਕਿਤਾਬਾਂ ਦੀ ਜੇ ਸਹੀ ਸਮੇਂ ਦੇ ਉੱਤੇ ਸਹੀ ਕਿਤਾਬ ਤੁਹਾਡੇ ਹੱਥ ਦੇ ਵਿੱਚ ਆ ਜਾਂਦੀ ਹੈ ਕੱਲੀ ਬਾਈ ਪ੍ਰੋਫੈਸ਼ਨ ਹੀ ਨਹੀਂ ਕੁਝ ਵੀ ਬਣਨਾ ਸੀ ਆਪਣੀ ਜ਼ਿੰਦਗੀ ਦੇ ਵਿੱਚ ਅ ਵੇਟ ਵੀ ਲੂਜ਼ ਕਰਨਾ ਹੈ ਜਾਂ ਕੁਝ ਵੀ ਕਰਨਾ ਤਾਂ ਅਗਰ ਇੱਕ ਸਹੀ ਕਿਤਾਬ ਤੁਹਾਡੇ ਹੱਥ ਦੇ ਵਿੱਚ ਆ ਜਾਂਦੀ ਹੈ ਤਾਂ ਤੁਹਾਡੀ ਉਹ ਜ਼ਿੰਦਗੀ ਬਦਲ ਦਿੰਦੀ ਆ ਤੁਹਾਨੂੰ ਲੱਗਦਾ ਹੋਵੇਗਾ ਕਿ 2022 ਚੱਲ ਰਿਹਾ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਕਿਤਾਬਾਂ ਦੀ ਕੀ ਹੈ ਮਹਿੰਤ ਠੀਕ ਹੈ ਮੈਂ ਮੰਨਦਾ ਕਿ ਅੱਜ ਦਾ ਜ਼ਮਾਨਾ ਗੂਗਲ ਦਾ ਤੇ YouTube ਦਾ ਜ਼ਮਾਨਾ ਪਰ ਮੇਰੀਆਂ ਇਹ ਗੱਲਾਂ ਅਗਰ ਕਿਸੇ ਕਿਤਾਬ ਦੇ ਵਿੱਚ ਹੁੰਦੀਆਂ ਤਾਂ ਇਹ ਬਹੁਤ ਥੋੜੇ ਲੋਕਾਂ ਤੱਕ ਪਹੁੰਚਣੀਆਂ ਸੀ ਪਰ ਮੈਂ ਥੈਂਕਸ ਕਰਦਾ ਇਸ ਤਰ੍ਹਾਂ ਦੇ ਪਲੈਟਫਾਰਮ ਜੋ ਸਟਾਕਸ ਦਾ ਕਿ ਇਸ ਪਲੈਟਫਾਰਮ ਦੇ ਰਾਹੀਂ ਮੈਨੂੰ ਤੁਹਾਡੇ ਨਾਲ ਇੰਨੇ ਜਾਣਿਆਂ ਦੇ ਨਾਲ ਆਪਣੀ ਗੱਲ ਸਾਂਝੀ ਕਰਨ ਦਾ ਮੌਕਾ ਮਿਲਿਆ ਤੇ ਮੈਂ ਬੱਚਿਆਂ ਨੂੰ ਨੌਜਵਾਨਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਜਿੱਥੇ ਅੱਜ ਉਹ Google ਦੇ ਨਾਲ YouTube ਦੇ ਨਾਲ ਜੁੜੇ ਹੋਏ ਨੇ ਤੇ ਉਥੋਂ ਨੌਲੇਜ ਲੈ ਰਹੇ ਨੇ ਉਹਦੇ ਨਾਲ ਨਾਲ ਅਗਰ ਅਸੀਂ ਕਿਤਾਬਾਂ ਦਾ ਵੀ ਸਾਥ ਮਾਣੀਏ ਕਿਤਾਬਾਂ ਤੋਂ ਵੀ ਆਪਣਾ ਗਿਆਨ ਲਈਏ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਤੇ ਵੀ ਪਹੁੰਚ ਸਕਦੇ ਨੇ ਜੋ ਵੀ ਤੁਸੀਂ ਸਾਰੇ ਜਣੇ ਮੇਰੀ ਇਹ ਵੀਡੀਓ ਦੇਖ ਰਹੇ ਹੋ ਮੇਰੇ ਵਿਚਾਰ ਸੁਣ ਰਹੇ ਹੋ ਮੈਂ ਤੁਹਾਡੇ ਸਾਰਿਆਂ ਅਗੇ ਇੱਕ ਰਿਕੁਐਸਟ ਕਰਦਾ ਕਿ ਅਗਰ ਤੁਹਾਨੂੰ ਕਿਸੇ ਵੀ ਢੰਗ ਨਾਲ ਮੇਰੀ ਜ਼ਰੂਰਤ ਹੈ ਤਾਂ ਤੁਸੀਂ ਮੇਰੀ ਲਾਇਬ੍ਰੇਰੀ ਆ ਸਕਦੇ ਹੋ ਮੇਰੇ ਪਿੰਡ ਮੈਨੂੰ ਤੁਹਾਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਹੋ ਸਕਦਾ ਤੁਸੀਂ ਕੋਈ ਇਹੋ ਜੀ ਚੀਜ਼ ਕੋਈ ਇਹੋ ਜਿਹਾ ਗਿਆਨ ਮੈਨੂੰ ਦੇਜੋ ਜਿਹੜਾ ਮੇਰੇ ਹੈਲਪ ਦੇ ਵਿੱਚ ਮੇਰੀ ਲਾਈਫ ਦੇ ਵਿੱਚ ਕੰਮ ਆਵੇ ਤੇ ਮੈਂ ਹੋਰਾਂ ਦੀ ਹੈਲਪ ਕਰ ਸਕਾਂ ਤੇ ਮੈਂ ਕਿਸੇ ਵੀ ਢੰਗ ਨਾਲ ਤੁਹਾਡੀ ਮਦਦ ਕਰ ਸਕਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ